ਪਹਿਲੀ ਗੱਲ ਹੈ, ਜਿਨ੍ਹਾਂ ਨੂੰ ਵੀ ਸੀਟਾਂ ਮਿਲੀਆਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਨੂੰ ਚੋਣ ਦੇ ਵਿੱਚ ਬੀਜੇਪੀ ਵੱਲੋਂ ਉਤਾਰਿਆ ਗਿਆ। ਔਰ ਪਰ ਇੱਕ ਗੱਲ ਇਹ ਦੇਖਣ 'ਚ ਬੜੀ ਮਤਲਬ ਅਚੰਭੇ ਵਾਲੀ ਲੱਗੀ ਹੈ ਕਿ ਇਹਨਾਂ ਸੀਟਾਂ ਸਿਰਫ ਇੱਕ ਹੀ ਜਿਹੜਾ ਬੀਜੇਪੀ ਦੇ ਪੁਰਾਣੇ ਪਿਛੋਕੜ ਦਾ ਉਮੀਦਵਾਰ ਜਿਹੜਾ ਗੁਰਦਾਸਪੁਰ ਉਤਰੇ ਨੇ, ਬਾਕੀਆਂ 'ਚੋਂ ਜਿਹੜੇ ਪੰਜ ਨੇ ਉਹਨਾਂ 'ਚੋਂ ਇੱਕ ਤਾਂ ਕਲਾਕਾਰ ਨੇ, ਚਲੋ ਉਹਨਾਂ ਦੇ ਉਹ ਪਹਿਲੋਂ ਅਕਾਲੀ ਦਲ ਸੀ, ਫਿਰ ਹੰਸਰਾਜ ਜੀ ਬੀਜੇਪੀ 'ਚ ਆ ਗਏ, ਬਾਕੀ ਸਾਰੇ ਕਾਂਗਰਸੀ ਨੇ। ਔਰ ਇਹ ਇਹ ਇੱਕ ਬੜੀ ਮਤਲਬ ਪੋਜੀਸ਼ਨ ਜਿਹੜੀ ਹੈ ਲੋਕਾਂ ਅੱਗੇ, ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਦੇਖ ਲਓ ਕਿ ਕਾਂਗਰਸ ਪਾਰਟੀ ਨੇ ਕਿਹੜੀ ਕਿਹੜੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਜਿਹੜੇ ਆ ਕਾਂਗਰਸ ਪਾਰਟੀ ਤੋਂ ਲੈਣੇ ਪੈ ਰਹੇ ਨੇ। ਸੋ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਹੈ, ਜਿੱਥੇ ਸਾਡੇ ਲੀਡਰ ਜਾਂਦੇ ਨੇ ਸਾਨੂੰ ਦੁੱਖ ਲੱਗਦਾ, ਪਰੇਸ਼ਾਨੀ ਹੁੰਦੀ ਹੈ, ਪਰ ਉਹਦੇ ਨਾਲ ਇੱਕ ਸਕੂਨ ਇੱਕ ਚੀਜ਼ ਦਾ ਮਿਲਦਾ ਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਕਰਕੇ ਵੱਡੀ ਲੀਡਰਸ਼ਿਪ ਪੈਦਾ ਕੀਤੀ ਹੈ। ਉਨੇ ਸਮੇਂ 'ਚ ਇਹ ਪਾਰਟੀਆਂ ਆਪਣੇ ਲੀਡਰ ਪੈਦਾ ਨਹੀਂ ਕਰ ਸਕੀਆਂ।